ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੀ ਵੀਡੀਓ ਦੇ ਵਿੱਚ ਨਾਨਾ ਜੀ ਨੇ ਸਾਨੂੰ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਦੱਸਿਆ ਸੀ ਅਤੇ ਇਸ ਵੀਡੀਓ ਦੇ ਵਿੱਚ 6ਵੇਂ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਤੱਕ ਅਸੀਂ ਚਰਚਾ ਕਰਾਂਗੇ। ਨਾਨਾ ਜੀ ਸਾਨੂੰ ਉਹਨਾਂ ਦੀ ਜੀਵਨੀ ਬਾਰੇ ਦੱਸਣਗੇ। ਹਾਂਜੀ ਨਾਨਾ ਜੀ, ਗੱਲ ਐਂ ਹੈ, ਪਹਿਲੇ ਆਪਾਂ ਪੰਜ ਗੁਰੂ ਸਾਹਿਬਾਨਾਂ ਦੇ ਜੀਵਨ 'ਤੇ ਸੰਖੇਪ ਚਰਚਾ ਕਰ ਚੁੱਕੇ ਹਾਂ। ਅੱਛਾ, ਹੁਣ ਗੱਲ ਇਹ ਹੈ ਵੀ ਗੁਰੂ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਕੁਛ ਉਹਨਾਂ ਦੇ ਬਾਰੇ ਜਾਣਕਾਰੀ ਉਪਲਬਧ ਕਰਨੀ, ਜਿੰਨੀ ਵੀ ਹੈ ਆਪਾਂ ਕਰਦੇ ਹਾਂ ਸਾਂਝੀ। 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਔਰ ਉਹਨਾਂ ਨੂੰ ਨਾਰੀਅਲ 5 ਪੈਸੇ ਦੇ ਕੇ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਗੁਰਗੱਦੀ ਤਿਲਕ ਦਿੱਤੀ ਹੈ ਜੀ। ਅੱਛਾ, ਫਿਰ ਗੁਰੂ ਸਾਹਿਬ ਜੀ ਦੇ ਕੀਤਾ ਗਿਆ ਅਤੇ 2 ਤਲਵਾਰਾਂ ਮੀਰੀ ਅਤੇ ਪੀਲੀ ਦਾ ਪਹਿਨੀਆਂ, ਤਾਂ ਉਹਨਾਂ ਨੇ ਕਿਹਾ ਵੀ ਹੁਣ ਭਗਤੀ ਦਾ ਸਮਾਂ ਤਾਂ ਨਹੀਂ, ਤਾਂ ਨਾਲ ਸ਼ਕਤੀ ਵੀ ਚਾਹੀਦੀ ਹੈ। ਸ਼ਕਤੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ ਤਖਤ ਜੀ ਦਾ ਉਹ ਕੀਤਾ, ਆਪਣੇ ਸਿੱਖਾਂ ਨੂੰ ਆਪਣੇ ਸ਼ਕਤੀ ਦਾ ਰੂਪ ਦਿੱਤਾ ਹੈ, ਕਿਉਂ ਭਗਤੀ ਦਾ ਰੂਪ ਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਔਰ ਅਕਾਲ ਤਖਤ ਸਾਹਿਬ ਸ਼ਕਤੀ ਦਾ ਰੂਪ ਨੇ। ਉੱਥੋਂ ਸਿੱਖਾਂ ਨੂੰ ਸਾਰੀ ਜਿਹੜੀ ਸ਼ਕਤੀ ਦੇ ਜਿਹੜੇ ਸ਼ਾਸਤਰ ਤੋਂ ਸ਼ਾਸਤਰ ਵਿੱਦਿਆ ਤੋਂ ਲੈ ਕੇ ਸ਼ਾਸਤਰ ਸਾਰੇ ਉਹਦੇ ਵਿੱਚ ਜਾਣਕਾਰੀ ਗੁਰੂ ਸਾਹਿਬ ਜੀ ਨੇ ਦੇਣ ਵਾਸਤੇ ਆਪਣੇ ਸਿੱਖਾਂ ਨੂੰ ਦਿੱਤਾ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਜੀਵਨ ਦੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਪਹਿਲਾਂ ਤਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਉਸ ਤੋਂ ਉਪਰੰਤ ਫਿਰ ਕੁਛ ਉਹਨਾਂ ਨੂੰ ਜੰਗਾਂ ਵੀ ਲੜਨੀਆਂ ਪਈਆਂ। 4 ਜੰਗ ਗੁਰੂ ਸਾਹਿਬ ਜੀ ਨੇ ਲੜੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਦੇ ਵਿੱਚ ਵਿਜੇ ਪ੍ਰਾਪਤ ਕੀਤੀ ਹੈ, ਫਤਿਹ ਪੀਤੀ ਹੈ। ਅੱਛਾ, ਉਸ ਤੋਂ ਉਪਰੰਤ ਫਿਰ ਉਹਨਾਂ ਨੂੰ ਦੋਖੀਆਂ ਨੇ ਫਿਰ ਕੁਛ ਭੜਕਾ ਕੇ ਜਹਾਂਗੀਰ ਨੂੰ ਕਿਹਾ ਵੀ ਪਹਿਲਾਂ ਇਹ ਸੀ ਤਾਂ ਚੰਦੂ ਦੀ ਸਾਜ਼ਿਸ਼। ਚੰਦੂ ਨੇ ਕਿਹਾ ਉਹਨਾਂ ਨੂੰ ਕੁਛ ਬਿਮਾਰ ਰਹਿਣ ਲੱਗੇ, ਉਹਨਾਂ ਨੂੰ ਬੁਲਾ ਕੇ ਕਹਿਣ ਲੱਗੇ ਜੇ ਪੁੱਛੋ ਕੋਈ ਤੁਹਾਡੇ 'ਤੇ ਕੋਈ ਭਾਰੀ ਗ੍ਰਹਿ ਦਾ ਕੋਈ ਹਾਲ ਅਸਰ ਹੋਊਗਾ। ਉਹਨੇ ਨਜੂਮੀ ਬੁਲਾਏ, ਜਿਹਨਾਂ ਨੂੰ ਆਪਾਂ ਜੋਤਸ਼ੀ ਕਹਿ ਦਿੰਦੇ ਹਾਂ, ਉਹ ਨਜੂਮੀ ਕਹਿੰਦੇ ਆਪਣੇ ਮੁਸਲਮਾਨ ਜਿਹੜੇ ਇਹੋ ਜਿਹਾ ਕਰਦੇ ਨੇ ਨਾ, ਉਹ ਨਜੂਮੀ ਕਹਾਉਂਦੇ ਨੇ। ਉਹਨਾਂ ਨੇ ਨਜੂਮੀਆਂ ਤੋਂ ਪੁੱਛਿਆ, ਕਹਾਇਆ ਵੀ ਤੁਹਾਡੇ 'ਤੇ ਐਸਾ ਗ੍ਰਹਿ ਚੱਲ ਰਿਹਾ ਹੈ, ਕੋਈ ਧਾਰਮਿਕ ਬੰਦਾ ਤੁਹਾਡੀ ਉਹਨਾਂ ਨੂੰ ਅਰੈਸਟ ਕਰਕੇ ਤੁਹਾਡੇ ਵਾਸਤੇ ਕੋਈ ਉਹ ਕਰੇ ਤੁਹਾਡੀ, ਤਾਂ ਕਿ ਤੁਹਾਡੇ ਕਲੇਸ਼ ਜਿਹੜਾ ਜਿਹੜਾ ਦੂਰ ਹੋ ਜਾਵੇ। ਤਾਂ ਉਹਨਾਂ ਨੇ ਚੰਦੂ ਨੇ ਫੌਰਨ ਕਿਹਾ, ਕਹਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਉਹੀ ਨੇ। ਉਹਨਾਂ ਨੂੰ ਇਸ ਕਰਕੇ ਉਹਦੀ ਸਾਜ਼ਿਸ਼ ਦੇ ਅਧੀਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਬੰਦ ਕਰਾਇਆ, ਜਿੱਥੇ ਕਿ ਪਹਿਲਾਂ ਵੀ 52 ਰਾਜੇ ਕੈਦ ਤੇ, 52 ਰਾਜਿਆਂ ਦੇ ਜਿਹੜਾ ਉੱਥੇ ਗਵਾਲੀਅਰ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਥੰਮ ਨੇ, ਉਹਨਾਂ ਨੂੰ ਕਈ ਵਾਰੀ ਮਾਰ ਕੇ ਖੂਹ 'ਚ ਸੁੱਟ ਜਾਂਦੇ ਤੇ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹੋ ਜਿਹਾ ਕੋਈ ਗੱਲ ਨਹੀਂ ਸੀ। ਉਹ ਤਾਂ ਉੱਥੇ ਆਪਣਾ ਦੀਵਾਨ ਲਾਉਂਦੇ ਤੇ ਔਰ ਫਿਰ ਲੰਗਰ ਚੱਲਦਾ ਸੀ, ਲੰਗਰ ਤੋਂ ਬਾਅਦ ਫਿਰ ਆਪਣਾ ਦਾ ਜਿਹੜਾ ਹੋਰ ਰਾਜੇ ਤੇ ਉਹ ਸ਼ਰਧਾਲੂ ਹੋ ਗਏ ਗੁਰੂ ਸਾਹਿਬ ਜੀ ਦੇ। ਫਿਰ ਉੱਥੇ ਗੁਰੂ ਸਾਹਿਬ ਜੀ ਦੇ 2 ਸੇਵਕ ਤੇ ਔਰ ਕੁਛ ਸਾਈਂ ਮੀਆਂ ਮੀਰ ਜੀ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਤੇ ਉਹਦੇ 'ਤੇ ਸਿੱਖਾਂ 'ਚ ਬਹੁਤ ਰੋਸ ਸੀ, ਕੰਧਾਂ ਦੇ ਨਾਲ ਆ ਕੇ ਨਮਸਕਾਰ ਕੇ ਮੁੜ ਜਾਂਦੇ ਤੇ ਸਿੱਖ ਗੁਰੂ ਸਾਹਿਬ ਜੀ ਦੇ। ਉੱਥੋਂ ਉਹਨਾਂ ਦੇ ਸ਼ਰਧਾਲੂ ਸਾਈਂ ਮੀਆਂ ਮੀਰ ਜੀ ਦਾ ਅਸਰ ਸੀ ਕੁਛ ਵੀ ਉਹਨਾਂ ਨੂੰ ਵੀ ਰਿਹਾ ਕਰੋ ਤੁਸੀਂ, ਕਿਉਂ ਤੁਸੀਂ ਉਹਨਾਂ ਨੂੰ ਬੰਦ ਕੀਤਾ। ਫਿਰ ਜਿਹੜੀ ਉਹਦੀ ਬੇਗਮ ਸੀ ਨੂਰ ਜਹਾਂ, ਉਹ ਵੀ ਗੁਰੂ ਸਾਹਿਬ ਦੀ ਸ਼ਰਧਾਲੂ ਸੀ, ਉਹਦਾ ਵੀ ਕੁਛ ਅਸਰ ਸੀ। ਫਿਰ ਉਹਨਾਂ ਨੇ ਆਖਰ ਉਹਨਾਂ ਨੂੰ ਰਿਹਾ ਕਰਨ ਦਾ ਫੈਸਲਾ ਕਰ ਲਿਆ। ਰਿਹਾ ਕਰਨ ਦਾ ਫੈਸਲਾ ਕੀਤਾ ਜਦ ਉਹਨੇ ਕਿਹਾ ਵੀ ਤੁਸੀਂ ਰਿਹਾ ਹੋ ਜਾਓ, ਅਤੇ ਰਾਜੇ ਦੇ ਜਿਹੜੇ ਕਹਿਣਾ ਜੀ ਤੁਸੀਂ ਜੇ ਚਲੇ ਗਏ ਸਾਡਾ ਤਾਂ ਅਸਰ ਬਹੁਤ ਮਾੜਾ ਹੋਊ, ਸਾਨੂੰ ਤਾਂ ਇਸ ਨੇ ਮਾਰ ਦੇਣਾ, ਸਾਡਾ ਸਾਨੂੰ ਵੀ ਕਢਾਓ। ਗੁਰੂ ਸਾਹਿਬ ਕਹਿੰਦੇ ਅਸੀਂ ਨਹੀਂ ਜਾਂਦੇ ਜਿੰਨਾ ਚਿਰ ਇਹਨਾਂ ਨੂੰ ਵੀ ਤੁਸੀਂ ਰਿਹਾ ਕਰਦੇ। ਉਹਨਾਂ ਨੇ ਜੀ ਕਹਿੰਦੇ ਜੀ ਨਹੀਂ ਜੀ, ਜਿਹੜਾ ਤੁਹਾਡਾ ਲੜ ਫੜ ਕੇ ਨਿਕਲ ਜਾਵੇ ਤਾਂ ਉਹ ਨਿਕਲ ਸਕਦਾ, ਹੋਰ ਨਹੀਂ ਅਸੀਂ ਕਿਸੇ ਨੂੰ ਉਹ ਕਰਦੇ। ਉਹਨਾਂ ਨੇ ਫਿਰ ਇੱਕ 52 ਕਲੀਆਂ ਦਾ ਚੋਲਾ ਮੰਗਵਾਇਆ, ਜੋ ਕਿ ਅੱਜ ਕੱਲ੍ਹ ਉਹ ਕਢਾਣੀ ਬੜੀ ਕਢਾਣੀ ਗੁਰਦੁਆਰਾ ਸਾਹਿਬ 6ਵੇਂ ਪਾਤਸ਼ਾਹ ਜੀ ਦੇ ਉੱਥੇ ਸੁਸ਼ੋਭਿਤ ਹੈ, ਉਹ ਉਹਨਾਂ ਦਾ ਜੋੜਾ ਵੀ ਹੈ, ਹੋਰ ਵੀ ਉੱਥੇ ਕਈ ਨਿਸ਼ਾਨੀਆਂ ਮਹਾਰਾਜ ਜੀ ਦੀਆਂ ਹੈਗੀਆਂ। ਅੱਛਾ, ਗੁਰੂ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਉੱਥੋਂ ਰਿਹਾ ਹੋਏ, ਦੀਵਾਲੀ ਦੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ, ਜਿਹਨੂੰ ਬੰਦੀ ਛੋੜ ਦਿਨ ਅਸੀਂ ਆਪਣੇ ਸਿੱਖ ਪੰਥ ਦੇ ਵਿੱਚ ਮਨਾਇਆ ਜਾਂਦਾ, ਦੀਪਮਾਲਾ ਕੀਤੀ ਗਈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸੰਖੇਪ ਇਤਿਹਾਸ ਸੀ, ਹੋਰ ਤਾਂ ਹੈ ਤਾਂ ਲੰਬਾ। ਫਿਰ ਇਸ ਤੋਂ ਬਾਅਦ 'ਚ ਜੇ ਆਪਾਂ ਕਰੀਏ ਤਾਂ ਗੁਰੂ ਹਰਿਰਾਇ ਸਾਹਿਬ ਜੀ ਦਾ ਬੋਲਣਾ ਆਪਾਂ ਕਰਦੇ ਹਾਂ ਗੱਲ,
ਉਹ ਬਚਪਨ ਤੋਂ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਤੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਤੇ, ਜਾਣੀ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਹਰ ਸੈਰ ਕਰਨ ਜਾਂਦੇ, ਨਾਲ ਰਹਿੰਦੇ ਹੁੰਦੇ ਛੋਟੇ ਹੁੰਦੇ ਹੀ। ਤਾਂ ਇੱਕ ਵਾਰੀ ਉਹਨਾਂ ਦੇ ਕੀ ਹੋਇਆ, ਉਹਨਾਂ ਦੇ ਜਿਹੜਾ ਪਾਇਆ ਵਾ ਸੀਗਾ ਚੋਲਾ ਜਾਂ ਕਮਰਾ, ਇੱਕ ਉਹਦੇ ਨਾਲ ਕੰਡੇ ਦੇ ਨਾਲ ਫਸ ਕੇ ਇੱਕ ਫੁੱਲ ਟੁੱਟ ਗਿਆ। ਤਾਂ ਬੜਾ ਪਛਤਾਤਾਪ ਕਰਨ ਲੱਗੇ, ਕਹਿਣਗੇ ਕਿ ਕੁਦਰਤ ਦੀ ਬਣਾਈ ਹੋਈ ਇੱਕ ਚੀਜ਼ ਸਾਡੇ ਕੋਲੋਂ ਟੁੱਟ ਗਈ ਹੈ। ਬੜੇ ਐਂ ਦੇਖਣ ਲੱਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦ ਦੇਖਿਆ ਵੀ ਕੀ ਗੱਲ ਇਹ ਬੱਚਾ ਕਿਵੇਂ ਬੜਾ ਪਛਤਾਤਾਪ ਕਰ ਰਿਹਾ ਕੋਈ, ਫਿਰ ਉਹਨੇ ਪੁੱਛਿਆ, ਗੁਰੂ ਸਾਹਿਬ ਨੇ ਕਿਹਾ ਵੀ ਇਹ ਹੀ ਬੱਚਾ ਗੁਰਗੱਦੀ ਦੇ ਲਾਇਕ ਹੋਊਗਾ। ਉੱਥੋਂ ਫਿਰ ਬੜੇ ਹੋ ਕੇ ਗੁਰੂ ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਦਿੱਤੀ। ਗੁਰੂ ਹਰਿਰਾਏ ਸਾਹਿਬ ਜੀ ਵਾਤਾਵਰਣ ਦੇ ਪ੍ਰੇਮੀ ਤੇ, ਬਹੁਤ ਜ਼ਿਆਦਾ ਰੁੱਖ ਲਵਾਉਣੇ ਅਤੇ ਇੱਕ ਦਵਾਖਾਨਾ ਵੀ ਉਹਨਾਂ ਦਾ ਮਸ਼ਹੂਰ ਸੀ, ਦਵਾਖਾਨਾ ਵੀ ਉਹਨਾਂ ਨੇ ਇੱਕ ਕੀਤਾ ਸੀਗਾ, ਹੈਂਜੀ। ਤਾਂ ਇਸ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਦੇ ਜਿਹੜੇ ਗਾਂ ਦੋ ਪੁੱਤਰ ਤੇ, ਬਾਬਾ ਰਾਮ ਰਾਏ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਛੋਟੇ ਤੇ, 8 ਸਾਲ ਦੀ ਤੇ। ਤਾਂ ਇੱਕ ਵਾਰੀ ਉਹਨਾਂ ਨੇ ਫਿਰ ਗੁਰੂ ਹਰਿਰਾਏ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚ ਬੁਲਾਵਾ ਭੇਜਿਆ ਵੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਇੱਥੇ ਆਉਣ। ਗੁਰੂ ਸਾਹਿਬ ਆਪ ਤਾਂ ਗਏ ਨੇ, ਆਪਦੀ ਨੁਮਾਇੰਦਗੀ ਵੀ ਕਰਨ ਵਾਸਤੇ ਆਪਣੇ ਬੜੇ ਪੁੱਤਰ ਹਰਿਰਾਏ ਸਾਹਿਬ ਨੂੰ ਭੇਜਿਆ। ਉਹਨਾਂ ਨੂੰ 72 ਕਲਾ ਬਖਸ਼ੀਆਂ ਗੁਰੂ ਸਾਹਿਬ ਜੀ ਨੇ, ਰਾਮ ਰਾਏ ਜੀ 72 ਕਲਾ ਬਖਸ਼ੀਆਂ ਤੇ ਬਾਬਾ ਰਾਮ ਰਾਏ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਤੂੰ ਕੁਛ ਵੀ ਕਰ ਸਕਦਾ, ਸਮਰੱਥ ਹੈ ਅਤੇ ਤੈਂ ਤੁਰਕ ਦੀ ਉਹਦੀ ਕਿਸੇ ਝੇਪ 'ਚ ਨਹੀਂ ਆਉਣਾ। ਤਾਂ ਉਸਨੇ ਠੀਕ ਹੈ, ਤਾਂ ਬੜੀ ਉਹਨੇ ਔਰੰਗਜ਼ੇਬ ਨੇ ਉਹਨਾਂ ਦੀ ਬੜੀ ਚਾਪਲੂਸੀ ਕੀਤੀ, ਬਹੁਤ ਜ਼ਿਆਦਾ ਉਹ ਕੀਤਾ, ਬਹੁਤ ਦਿੱਤਾ ਸਤਿਕਾਰ ਦਿੱਤਾ। ਫਿਰ ਇੱਕ ਉਹਨਾਂ ਨੇ ਸਵਾਲ ਕਰਤਾ, ਕਹਿੰਦੇ ਜੀ ਇੱਕ ਗੱਲ ਦੱਸੋ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਪਣੇ ਬਾਣੀ ਦੇ ਵਿੱਚ ਮਿੱਟੀ ਮੁਸਲਮਾਨ ਦੀ ਇਹ ਕਿਉਂ ਗੱਲ ਕਹੀ ਹੈ, ਮਿੱਟੀ ਮੁਸਲਮਾਨ ਜੀ ਦਾ ਕੀ ਮਤਲਬ ਹੈ। ਉੱਥੇ ਝੇਪ ਖਾ ਗਏ ਰਾਮ ਰਾਏ ਜੀ, ਝੇਪ ਖਾ ਗਏ, ਕਹਿੰਦੇ ਨਹੀਂ ਅਸਲ ਵਿੱਚ ਤਾਂ ਮਿੱਟੀ ਤਾਂ ਬੇਈਮਾਨ ਦੀ ਹੈ, ਕਿਹਾ ਮੁਸਲਮਾਨ ਦੀ ਨਹੀਂ। ਅਤੇ ਗੁਰੂ ਸਾਹਿਬ ਦੇ ਜਿਹੜੇ ਸੇਵਕ ਨਾਲ ਗਏ ਤੇ ਸਿੱਖਾਂ ਨੇ, ਉਹਨਾਂ ਨੇ ਆ ਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਦੱਸਿਆ ਜੀ ਉਹਨਾਂ ਨੇ ਤਾਂ ਤੁੱਕ ਬਦਲੀ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ। ਉਹਨਾਂ ਨੇ ਉੱਥੋਂ ਹੀ ਹੁਕਮਨਾਮਾ ਜਾਰੀ ਕਰਤਾ, ਸਾਡੇ ਮੱਥੇ ਨਾ ਲੱਗੇ ਰਾਮ ਰਾਏ, ਸਾਡੇ ਮੱਥੇ ਨਾ ਲੱਗੇ ਬਿਲਕੁਲ, ਕੋਈ ਗੁਰਗੱਦੀ ਉਸਨੂੰ ਦੇਣੀ ਨਹੀਂ, ਕੁਛ ਨਹੀਂ। ਤਾਂ ਉਹਨਾਂ ਦਾ ਸਮਾਂ ਸੀ, ਅੰਤਮ ਸਮਾਂ ਨੇੜੇ ਤੇ, ਗੁਰਗੱਦੀ ਤਾਂ ਦੇਣੀ ਸੀ ਆਪਣੇ ਛੋਟੇ ਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਗਈ। ਗੁਰਦਿੱਤੀ ਉਹਨਾਂ ਨੇ ਦਿੱਤੀ, ਤਾਂ ਫਿਰ ਰਾਮ ਰਾਏ ਨੂੰ ਵੀ ਪਤਾ ਲੱਗਿਆ, ਰੋਸ ਵੀ ਕੀਤਾ ਉਹਨੇ ਔਰੰਗਜ਼ੇਬ ਤੋਂ ਆਪਣੇ ਵਾਸਤੇ, ਦੇਹਰਾਦੂਨ ਦੀ ਇੱਕ ਉੱਥੇ ਜਗੀਰ ਬਖਸ਼ਿਸ਼ ਕਰਵਾ ਲਈ ਉੱਥੇ, ਜੋ ਕਿ ਉਹਦਾ ਹੁਣ ਵੀ ਉੱਥੇ ਗੁਰਦੁਆਰਾ ਨਵਾਂ ਕਹੋ ਜਾਂ ਮੰਦਰ ਆਪਦਾ ਉਹਦਾ ਸਥਾਨ ਹੈ ਉੱਥੇ ਹੈਗਾ, ਉੱਥੇ ਹੀ ਰਿਹਾ। ਫਿਰ ਉਹ ਗੁਰੂ ਸਾਹਿਬ ਜੀ ਨੇ ਆਪਣੇ ਗੁਰੂ ਹਰਿਰਾਏ ਸਾਹਿਬ ਜੀ ਤਾਂ ਦੇਖ ਲਓ ਜੋਤੀ ਜੋਤ ਸਮਾ ਗਏ ਤੇ, ਤਾਂ ਫਿਰ ਉੱਥੋਂ ਉਹਨੂੰ ਪਤਾ ਲੱਗਿਆ ਵੀ ਗੁਰਗੱਦੀ ਤਾਂ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ। ਉਹ ਕਹਿੰਦਾ ਉਹ ਸ਼ਰਾਪ ਦੇ ਕੇ ਬੋਲਦਿਆ, ਕਹਿੰਦਾ ਕੀ ਕਰੂਗਾ ਗੁਰਗੱਦੀ, ਉਹ ਸੀਤਲਾ ਦਾ ਖਾਜਾ ਹੈ, ਸੀਤਲਾ ਦਾ ਖਾਜਾ ਹੈ। ਉਹ ਗੁਰੂ ਸਾਹਿਬ ਜੀ ਨੂੰ ਪਤਾ ਦੱਸਿਆ, ਉਹ ਕਹਿੰਦੇ ਤੈਨੂੰ ਇਹਨੂੰ ਭਾਈ ਜਿਉਂਦੇ ਨੂੰ ਮਸੰਦ ਫੂਕ ਦੇਣਗੇ, ਜਿਉਂਦਾ ਹੀ ਮਸੰਦ ਫੂਕਿਆ, ਉਹ ਕਿਤੇ ਆਪਣੇ ਸੇਵਕ ਦਾ ਕਾਰਜ ਸਿੱਧ ਕਰਨ ਗਏ ਤੇ ਉਹ ਮਾਤਾ ਨੂੰ ਕਹਿ ਕੇ ਗਏ ਤੇ ਅਸੀਂ ਆਉਣਾ ਨਹੀਂ, 3 ਦਿਨ ਪਲੰਘ ਦੇ ਉੱਤੇ ਓਕਣੇ ਪਏ ਰਹੇ। ਤਾਂ ਫਿਰ ਉਹ ਮਛੰਦਾ ਨੇ ਮਗਰੋਂ ਚੱਕ ਕੇ ਕਹਿੰਦੇ ਇਹ ਤਾਂ ਹੁਣ ਮਰ ਗਿਆ ਜੀ, ਚੱਕ ਕੇ ਫੂਕਦਾ ਉਹਦਾ ਪੁਤਲਾ। ਅੱਛਾ, ਫਿਰ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਵਾਸਤੇ ਫਿਰ ਪਤਾ ਲੱਗਿਆ ਔਰੰਗਜ਼ੇਬ ਨੂੰ, ਬੁਲਾਵਾ ਭੇਜਿਆ ਵੀ ਸਾਨੂੰ ਦਰਸ਼ਨ ਦੇਣ। ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਦਾ ਜਿਹੜਾ ਵਚਨ ਸੀ ਵੀ ਤੁਰਕ ਦੇ ਮੱਥੇ ਨਹੀਂ ਲੱਗਣਾ, ਤੁਰਕ ਦੇ ਮੱਥੇ ਨਹੀਂ ਲੱਗਣਾ, ਲੇਕਿਨ ਗੁਰੂ ਆਪਣਾ ਗੁਰੂ ਹਰਕ੍ਰਿਸ਼ਨ ਜੀ ਦਾ ਇੱਕ ਘਰ ਦਾ ਗੁਰੂ ਘਰ ਦਾ ਸ਼ਰਧਾਲੂ ਮਿਰਜ਼ਾ ਜੈ ਸਿੰਘ ਰਾਜਪੂਤ ਰਾਜਾ, ਉਹ ਬਹੁਤ ਸ਼ਰਧਾਲੂ ਸੀ। ਉਹਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬੇਨਤੀ ਕੀਤੀ ਜੀ ਇੱਥੇ ਦੁਖੀਆਂ ਦਾ ਦੁੱਖ ਦੂਰ ਕਰਨ ਵਾਸਤੇ ਆਓ, ਉੱਥੇ ਸੀਤਲਾ ਦਾ ਬਹੁਤ ਪ੍ਰਕੋਪ ਹੈ, ਮਾਤਾ ਜਣੀ ਜੀ ਨੂੰ ਕਹਿੰਦੇ ਹਾਂ, ਮਾਤਾ ਨਿਕਲੀ ਹੋਈ ਹੈ, ਤੁਸੀਂ ਆ ਕੇ ਦੁਖੀਆਂ ਦੇ ਦੁੱਖ ਦੂਰ ਕਰੋ। ਗੁਰੂ ਮਹਾਰਾਜ ਜੀ ਉਹਦਾ ਵਚਨ ਮੰਨ ਕੇ ਦਿੱਲੀ ਨੂੰ ਚੱਲ ਪਏ। ਦਿੱਲੀ ਨੂੰ ਚੱਲੇ ਪਏ, ਰਸਤੇ ਦੇ ਵਿੱਚ ਅੰਬਾਲੇ ਦੇ ਕੋਲ ਇੱਕ ਪਿੰਡ ਆਉਂਦਾ ਜੀ ਪਜੋਖਰਾ, ਉੱਥੇ ਰਾਤ ਕੱਟੀ। ਰਾਤ ਕੱਟਣ ਵਾਸਤੇ ਉੱਥੇ ਪਤਾ ਲੱਗਿਆ ਇੱਕ ਉੱਥੇ ਪੰਡਿਤ ਜੀ ਹੰਕਾਰੀ, ਕਹਿੰਦੇ ਇੱਥੇ ਗੁਰੂ ਹਰਕ੍ਰਿਸ਼ਨ ਜੀ ਆਏ ਹੋਏ ਨੇ। ਉਹ ਕਹਿੰਦਾ ਹਰਕ੍ਰਿਸ਼ਨ, ਨਾਲੇ ਹਰ ਨਾਲੇ ਕ੍ਰਿਸ਼ਨ, ਨਾਂ ਦੇਖੋ ਕਿੱਡਾ ਬੜਾ।
कृष्ण जी ने तो वह गीता रच दी थी, जे एक श्लोक भी मैं बोल देव जो अर्थ दस देन वह तो मैं मनागा। तो यह गल सिखा दे आई जाओ इस चीज़ का रोष होया। गुरु हरकृष्ण साहब जी बेनती की जी हंकारी का पुरुष हंकार दूर करो, साड़ी शरदा में सट मारी है उसने। गुरु महाराज ने कोई नहीं भाई लियाओ बुलाओ, उन्होंने कहें हाँ बुला लो जी पंडित को बुला के, कहें तुसी किसी नूं भी बुला के अपनी मर्जी के नाल बंदा लियाओ। कहें जी चलो एक गूंगा तो बोला जिहदा नाम छज्जू मेहरा थी, उन्होंने सुनता भी नहीं बोलना भी नहीं आता, उन्हें कहा देखने भी ये किवें बोलूगा, कहें ये करूँगा जी गीता के श्लोक के थोड़े अर्थ तो उन्हें आके उसे बिठाता। गुरु महाराज जी उसके कोले बैठ गए तो उन्होंने पिठ से गुरु महाराज ने छोटी एक अपनी छटी रखती, कहते बोलो पंडित जी श्लोक। पंडित जी ने श्लोक बोलिया तो फिर वह की कहता है ना वो गूंगा तो बोला उस सुने गूंग जो है सुना पाव ही सुने मूढ़ चितराए चतरता आ भी गूंगे नु भी जबान आ जाती है गुरु महाराज की कृपा नाल। महाराज जी कहता पंडित जी शुद्ध उचारण करो शुद्ध, ये तुसी जिहड़ा श्लोक बोलिया है थोड़ा उचारण शुद्ध नहीं है। वो कह लगे हैं वो तो जदे उस वेले उन्हें कहा भी तो बोलन भी लग गया, ये तो मेरे ते वो टिप्पणी भी करती ना गुरु, उन्हें आप श्लोक बोलिया कहना इहदी सही उचारण ये है। तो उसने किया जी वो बड़ा गुरु साहब के पर चरणी फड़ चरण फड़ ले कहना मैं प्रीख्या ले जा गुरु की। फिर गुरु महाराज जी दिल्ली चले गए, उदों उपरंत दिल्ली जाके जब देखिया उत्थे राजे जय सिंह दे महल दे विच रहे, उत्थे जिथे कि गुरद्वारा बंगला साहब है अजकल, उत्थे गुरु महाराज जी ने अपना जाके आसन जमाया, उत्थे भी प्रीख्या हुई। प्रीख्या तो हुई और राजे दे राणी ते उहदे भी सानू प्रीख्या दा पता लग जाऊ कि राणी है, तो गुरु महाराज जी ने उदों भी प्रीख्या करी भी इह सारी गल का जाने के हो गया। जब फिर उन्होंने उत्थे अपने पैर दे अंगूठे नाल चश्मा जारी किया, चश्मे दे विच उन्होंने कहा भी जिहड़ा जल छकूगा इशनान करूगा तो दुख नूं उत्थे उन्होंने दुख निवारण किए, पर सारे दुखियों का दुख गुरु महाराज जी ने अपने ते लै लिया। उन्होंने भी एक शीतला दा माता का बड़ा भयंकर हमला होया, तो फिर वह अपने शरीरक तौर पर वह बहुत ज़्यादा पछत हो गए। तो सिखा ने कहा महाराज जी समा तो हो यहोजा हो रहा सानू कि लड़ा के चले हो, तो उन्होंने सिर्फ इन्नी गल कही थी बाबा बाबे बकाले। तो उस समय गुरु तेग बहादुर जी भोरे दे विच बैठे तपस्या कर रहे थे। गुरु महाराज जी ने बचित्र नाटक च लिखा वै तात मात मोरे अलख आराधा, साढ़े माता पिता जी परमेश्वर की आराधना कर रहे थे। उन्होंने परमेश्वर ने खुश होकर उन्होंने कहा भी तुसी वरदान मंगो। उन्होंने यही गल कही जी महाराज सच्चे पातशाह अकाल पुरख के परसे बेनती की तुसी खुद पुत्र के रूप से साढ़े घर जन्म लो। वो कहने असी तो अजोने स्वरूप हाँ असी तो नहीं, पर हाँ थोड़े घर जो भी पुत्र होगा वह साडा ही स्वरूप होगा भेजांगे जिन्हों भी भेजांगे। फिर गुरु गोबिंद सिंह जी का उत्थे माता गुजरी जी दे अपना होया जन्म होया पटने साहब गए थे। अच्छा गुरु तेग बहादुर जी दे जेड़ा उन्होंने किया बाबा बाबे बकाले, तो ता एक प्रीख्या होगी, एक उसने 22 मंजिया डालिया आके लोगों ने भी असी हाँ गुरु बेदी ते उन्होंने कहा भी असी गुरु हाँ कोई सोढ़ी ते बिच असी गुरु हाँ सच्चे गुरु लोगों सेवकों किसी को पता नहीं लग्या। उन्होंने एक सेवक गुरु घर का मक्खन शाह लबाणा व्यापार करता हों बाहरले देशों च, वो अपना एक शिप लैके जहाज लैके वो तूफान दे विच घिर गया और डुबन लग्या थी। कोई देवी देवतों की आराधना कर रहा किसी गुरु के सिख ने बिच जिहड़ा कि सरदारू ने कहा भी इस वेले थोड़ी सहायता गुरु नानक देव जी की गुरगद्दी कर सकती है। वो कहिंदे वो कित्थे है, कहिंदे तुसीं उन्हां दी आराधना करो। उन्होंने गुरु महाराज जी की 500 मोहर सुखी, मैं महाराज थोड़ी 500 मोहर भेट करूँगा मेरा जहाज बेड़ा तर जाए। उस वेले बेड़ा तर गया तरन लग गया पार, उन्हें फिर आके कहा भी सुख लाउणी है मैं गुरु की भाल करा। पता लग्या जी बाबे बकाले आ, बाबे बकाले गुरु तेग बहादुर जी का तो भोरे च तपस्या कर रहे थे, बाकी सारे होर उ बैठे थे जेड़े जावे वह मैं सच्चा गुरु हाँ आ जा मैं सचा भुलेखे च पै गया। उन्हें कहा गुरु का पता ही नहीं है भी कौन है, इसे तो बहुत गुरु ने
ਫਿਰ ਉਹਨੇ ਕਿਹਾ ਚਲੋ ਜਿਹੜਾ ਗੁਰੂ ਹੋਊਗਾ ਆਪੇ ਬੋਲ ਕੇ ਆਪਦੀ ਸੁੱਖਣਾ ਮੇਰੇ ਤੋਂ ਲੈ ਲੂਗਾ। ਪੰਜ ਮੋਹਰਾਂ ਰੱਖਣੀਆਂ, ਮੱਥਾ ਟੇਕ ਦੇਣਾ, ਵਾਹ ਬਈ ਵਾਹ, ਉਹਨੂੰ ਬੜੀਆਂ ਦੇਣੀਆਂ ਆਸ਼ੀਸ਼ਾਂ ਦੇਣੀਆਂ। ਕਹਿੰਦਾ ਵੀ ਇੱਥੇ ਤਾਂ ਕੋਈ ਵੀ ਨਹੀਂ ਹੈਗਾ, ਗੁਰੂ ਹੈ ਨਹੀਂ। ਫਿਰ ਕਿਸੇ ਹੋਰ ਤੋਂ ਪੁੱਛਿਆ, ਕਹਿੰਦਾ ਜੀ ਇੱਕ ਹੋਰ ਹੈ ਤੇਗਾ ਬੋਲਾ ਹੈ, ਉਹ ਭੋਰੇ 'ਚ ਆ, ਕਿਸੇ ਨਾਲ ਬੋਲਦਾ ਹੀ ਨਹੀਂ। ਕਹਿਣ ਲੱਗੇ ਨਾ ਜੀ ਉਹ ਮੈਂ ਵੀ ਦੇਖਾਂ। ਮਾਤਾ ਜੀ ਕਹਾਂ, ਮਾਤਾ ਗੁਜਰੀ ਜੀ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ, ਅਤੇ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਮੈਂ ਦਰਸ਼ਨ ਕਰਨੇ ਨੇ, ਦਰਸ਼ਨ ਕਰਨੇ। ਉਹਨੇ ਪੰਜ ਮੋਹਰਾਂ ਰੱਖਤੀਆਂ। ਗੁਰੂ ਤੇਗ ਬਹਾਦਰ ਜੀ ਹੱਸ ਕੇ ਕਹਿਣ ਲੱਗੇ, ਉਹ ਭਾਈ ਤੂੰ ਪੰਜੇ ਮੋਹਰਾਂ ਮੱਥਾ ਟੇਕ ਰਿਹਾ, ਤੂੰ ਸੁੱਖੀ ਤਾਂ 500 ਦੀ ਸਮਝਣਾ, ਸਾਡੇ ਤਾਂ ਇਹ ਮੋਢਿਆਂ 'ਤੇ ਨਿਸ਼ਾਨ ਪਏ ਹੋਏ ਨੇ। ਉਹਨੇ ਜਦੇ ਉਹ ਕਹਿੰਦਾ ਬਸ ਸੱਚੇ ਗੁਰੂ ਤਾਂ ਇਹੀ ਨੇ ਸੱਚੇ। ਕਹਿੰਦੇ ਉਹ ਨਹੀਂ, ਰੌਲਾ ਨਹੀਂ ਪਾਉਣਾ, ਦੱਸਣਾ ਤੇਰਾ ਮੂੰਹ ਕਾਲਾ ਹੋਊ ਜਿਹੜਾ। ਕਹਿੰਦਾ ਜੀ ਮੂੰਹ ਹੀ ਕਾਲਾ ਕਰ ਲੈਂਦਾ ਮੈਂ। ਉਹਨੇ ਮੂੰਹ ਵੀ ਕਾਲਾ ਕਰ ਲਿਆ, ਕੋਠੇ ਦੇ ਛੱਤ 'ਤੇ ਚੜ੍ਹ ਕੇ ਪੱਲਾ ਫੇਰਨ ਲੱਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਸੱਚਾ ਗੁਰੂ ਲਾਧੋ ਰੇ। ਲੋਕਾਂ ਨੂੰ ਸਾਰਿਆਂ ਨੂੰ ਹੋਕਾ ਦੇ ਦਿੱਤਾ, ਸਾਰੇ ਉਹ ਤੇ ਜਿਹੜੇ ਪਖੰਡੀ ਦੇ ਉੱਠ ਕੇ ਭੱਜ ਭੁੱਜ ਗਏ। ਤਾਂ ਫਿਰ ਗੁਰੂ ਦੇ ਸੇਵਕ ਸਿੱਖ ਇਕੱਠੇ ਹੋ ਗਏ। ਫਿਰ ਇਸ ਤਰ੍ਹਾਂ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਤੋਂ ਫਿਰ ਅਨੰਦਪੁਰ ਸਾਹਿਬ ਦਾ ਜਿਹੜਾ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ ਸੀ, ਫਿਰ ਉੱਥੇ ਆ ਗਏ। ਉੱਥੋਂ ਆ ਕੇ ਫਿਰ ਗੁਰੂ ਆਪਣੇ ਹਾਂ ਮਿਰਜ਼ਾ ਜੈ ਸਿੰਘ ਦੀ ਜਿਹੜਾ ਉਹਨੂੰ ਫਿਰ ਉਹਦੇ ਵਿੱਚ ਭੇਜਿਆ, ਕੀ ਹੈ ਅਸਾਮ ਦੇ ਵਿੱਚ। ਅਸਾਮ 'ਚ ਉੱਥੇ ਜਾਦੂਗਰਨੀਆਂ ਦਾ ਰਾਜ ਸੀ ਵੀ, ਉੱਥੇ ਉਹਨਾਂ ਦਾ ਵੀ ਗੁਰੂ ਮਹਾਰਾਜ ਜੀ ਉਹਨਾਂ ਦਾ ਸਹਾਇਤਾ ਵਾਸਤੇ ਕਹਿੰਦੇ। ਫਿਰ ਰਾਜਾ ਰਾਮ ਰਾਏ ਸੀ ਗੁਰੂ ਸਾਹਿਬ ਜੀ ਨੂੰ ਉੱਥੋਂ, ਉਹਦਾ ਪੁੱਤਰ ਰਾਜਾ ਜੈ ਸਿੰਘ ਦਾ, ਤਾਂ ਉਹਨਾਂ ਨੇ ਆ ਕੇ ਉੱਥੋਂ ਗੁਰੂ ਮਹਾਰਾਜ ਜੀ ਦੀ ਆ ਕੇ ਸੁਲ੍ਹਾ ਕਰਾਈ। ਸੁਲ੍ਹਾ ਕਰਾ ਕੇ ਫਿਰ ਮਾਤਾ ਜੀ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਪਟਨਾ ਸਾਹਿਬ ਹੈ, ਮਾਤਾ ਜੀ ਨੂੰ ਉਹ ਪਟਨੇ ਸਾਹਿਬ ਛੱਡ ਕੇ ਗਏ। ਤਾਂ ਉੱਥੋਂ ਗੁਰੂ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਉੱਥੇ ਗੁਰੂ ਮਹਾਰਾਜ ਜੀ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਿਆ। ਉੱਥੇ ਭੀਖਣ ਸ਼ਾਹ ਇੱਕ ਕਢਾਮ ਦਾ ਰਹਿਣ ਵਾਲਾ ਸੂਫੀ ਫਕੀਰ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਉਹਦਾ ਲੱਗਿਆ ਸੀਗਾ ਰਾਏ ਬੁਲਾਰ ਨੂੰ, ਇਸੇ ਤਰ੍ਹਾਂ ਸੁਬਾਹ ਦੀ ਫਜਰ ਦੀ ਨਵਾਜ਼ ਵੇਲੇ ਉਹਨੂੰ ਵੀ ਇੱਕ ਐਸੇ ਤਰ੍ਹਾਂ ਦੇ ਚਮਤਕਾਰ ਦਿਖਾਈ ਦਿੱਤਾ। ਉਹਨੇ ਉੱਧਰ ਨੂੰ ਇਹ ਨਮਸਕਾਰ ਕਰਕੇ ਨਵਾਜ਼ ਅਦਾ ਕੀਤੀ। ਔਰ ਉਹਨਾਂ ਦੇ ਜਿਹੜੇ ਮਰੀਦ ਤੇ ਕਹਿਣ ਲੱਗੇ, ਅੱਜ ਤੁਸੀਂ ਕਿਸੇ ਪਾਸੇ ਨੂੰ? ਕਹਿੰਦੇ ਇੱਧਰ ਵੀ ਇੱਕ ਖੁਦਾ ਦਾ ਨੂਰ ਆਇਆ ਹੈ ਬਸ। ਫਿਰ ਕਹਿੰਦੇ ਸਾਨੂੰ ਦਰਸ਼ਨ ਕਰਾਓ। ਕਹਿੰਦੇ ਕੋਈ ਨਹੀਂ ਕਰਾਉਣਾ। ਗਏ ਤੇ ਦਰਸ਼ਨ ਵੀ ਹੋਏ, ਲੰਬੀ ਗੱਲ ਹੋਣ ਤੋਂ ਕਰਕੇ ਜੋਚ ਕਰਦੇ ਹਾਂ ਵੀ ਦਰਸ਼ਨ ਵੀ ਹੋਏ। ਫਿਰ ਗੁਰੂ ਤੇਗ ਬਹਾਦਰ ਜੀ ਤਾਂ ਫਿਰ ਆਏ ਜਦ ਉਹ, ਉਹਨੇ ਕਿੰਨਾ ਸਾਲ ਉੱਥੇ ਗੁਰੂ ਮਹਾਰਾਜ ਜੀ ਦਾ ਬਚਪਨ ਦਾ ਤਾਂ ਉੱਥੇ ਦਾ ਹੀ ਹੈ। ਉੱਥੋਂ ਫਿਰ ਗੁਰੂ ਮਹਾਰਾਜ ਜੀ ਹੌਲੀ ਹੌਲੀ ਜਦ ਗੁਰੂ ਤੇਗ ਬਹਾਦਰ ਜੀ ਉੱਥੇ ਆਏ ਨੇ, ਉੱਥੋਂ ਚੱਲ ਕੇ ਫਿਰ ਪੰਜਾਬ ਨੂੰ ਝਾਲੇ ਪਾਏ ਨੇ। ਪੰਜਾਬ ਉੱਥੇ ਵੀ ਉਹਨਾਂ ਨੇ ਚੋਜ ਕੀਤੇ, ਉਹਨਾਂ ਨੂੰ ਬਾਲਾ ਪ੍ਰੀਤਮ ਜੀ ਉੱਥੇ ਬਹੁਤ ਕਹਿੰਦੇ ਸੰਖੇਪ 'ਚ ਉਹ ਕਰ ਰਹੇ ਹਾਂ ਨਾ, ਇੰਨਾ ਲੰਬਾ ਚੌੜਾ ਇਤਿਹਾਸ ਹੈ ਜਿਹਨੂੰ ਆਪਾਂ ਜ਼ਿਆਦਾ ਉਹ ਕਰ ਦਈਏ ਤਾਂ। ਫਿਰ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਆ ਗਏ, ਅਨੰਦਪੁਰ ਸਾਹਿਬ ਆ ਗਏ ਤਾਂ ਅੱਤਿਆਚਾਰ ਸ਼ੁਰੂ ਹੋ ਗਏ ਔਰੰਗਜ਼ੇਬ ਦੇ, ਮੁਸਲਮਾਨ ਜਬਤੀ ਬਣਾਓ। ਪਹਿਲਾਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਇਹ ਕੀਤਾ ਸ਼ੁਰੂ ਵੀ ਇਹਨਾਂ ਨੂੰ ਬਣਾਓ ਇੱਥੇ ਪਹਿਲਾਂ, ਫਿਰ ਇਹ ਪੰਡਤਾਂ ਨੂੰ ਉੱਥੇ ਜੀ। ਗੁਰੂ ਸਾਹਿਬ ਨੇ ਫਿਰ ਕਹਿਣ ਲੱਗੇ ਵੀ ਹੁਣ ਉਹ ਬੜੀਆ ਉਹਨਾਂ ਨੇ ਮੰਨਤਾ ਮੰਨੀਆਂ ਕੋਈ ਦੇਵੀ ਦੇਵਤੇ ਦੀ ਸਹਾਇਤਾ ਨਾ ਹੋਏ। ਇੱਥੇ ਆ ਕੇ ਆਪਣੇ ਜੰਮੂ ਦੇ ਵਿੱਚ ਇੱਕ ਰਘੂਨਾਥ ਦਾ ਮੰਦਰ ਹੈ, ਉੱਥੇ ਆ ਕੇ ਉਹਨਾਂ ਨੇ ਪ੍ਰਾਰਥਨਾ ਕੀਤੀ। ਉੱਥੇ ਉਹਨਾਂ ਨੂੰ ਆਕਾਸ਼ਬਾਣੀ ਹੋਈ, ਆਕਾਸ਼ਬਾਣੀ ਸੁਣੀ। ਉੱਥੋਂ ਆਕਾਸ਼ਬਾਣੀ 'ਚ ਕਿਹਾ, ਜਾਓ ਤੁਸੀਂ ਪੂਰੀ ਆਨੰਦ ਨੂੰ ਜੈਸੇ ਚੱਲ ਹੈ ਪਾਉਣ, ਤੇਗ ਬਹਾਦਰ ਗੁਰੂ ਬਿਨਾਂ ਤੁਮੇ ਬਚਾਵੇ ਕੌਣ, ਤੇਗ ਬਹਾਦਰ ਬਿਨਾਂ ਗੁਰੂ ਬਿਨਾਂ ਤੁਮੇ ਬਚਾਵੇ ਕੌਣ, ਤੁਮੇ ਬਚਾਵੇ ਕੌਣ ਬਿਨਾਂ ਗੁਰੂ ਤੇਗ ਬਹਾਦਰ, ਉਹ ਰੱਖੇਂਗੇ ਲਾਜ ਹਿੰਦ ਦੀ ਸੱਚੇ ਕਾਦਰ। ਉੱਥੋਂ ਉਹਨਾਂ ਤੋਂ ਇਹ ਸੁਣ ਕੇ ਫਿਰ ਉਹ ਉਹਨਾਂ ਦਾ ਜਿਹੜਾ ਮੋਹਰੀ ਸੀ ਪੰਡਿਤ ਕਿਰਪਾ ਰਾਮ, ਉਹ ਆਪਣੇ ਵਫਦ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ 'ਚ ਅਨੰਦਪੁਰ ਸਾਹਿਬ ਪਹੁੰਚਿਆ। ਉਹ ਆ ਕੇ ਉਹਨਾਂ ਨੇ ਫਰਿਆਦ ਕੀਤੀ, ਰੋਣ ਲੱਗੇ। ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ 9 ਸਾਲ ਦੀ ਅਵਸਥਾ 'ਚ ਦੇ, ਕਿਤੇ ਬਾਹਰ ਖੇਡਦੇ ਆਏ ਗੁਰੂ ਸਾਹਿਬ ਜੀ ਦੇ ਆ ਕੇ ਗੋਦ 'ਚ ਬੈਠ ਕੇ ਪੁੱਛਣ ਲੱਗੇ, ਇਹ ਕੌਣ ਨੇ ਜੀ ਜਿਹੜੇ ਇਹ ਰੋ ਰਹੇ? ਮਹਾਰਾਜ ਜੀ ਨੇ ਕਿਹਾ, ਗੁਰੂ ਤੇਗ ਬਹਾਦਰ ਜੀ ਨੇ, ਭਾਈ ਇਹਨਾਂ ਦਾ ਜਿਹੜਾ ਧਰਮ ਹੈ ਉਹ ਬਹੁਤ ਖਤਰੇ 'ਚ ਹੈ, ਔਰੰਗਜ਼ੇਬ ਇਹਨਾਂ 'ਤੇ ਜ਼ੁਲਮ ਕਰ ਰਿਹਾ। ਔਰੰਗਜ਼ੇਬ ਦੀ ਇਸ ਕਰਕੇ ਇਹ ਉਸ ਤੋਂ ਜ਼ੁਲਮ ਤੋਂ ਦੁਖੀ ਹੋ ਕੇ ਸਾਡੇ ਕੋਲ ਆਏ ਨੇ। ਫਿਰ ਮਹਾਰਾਜ ਜੀ ਫਿਰ ਕੀ ਅਪਾਓ ਹੈ? ਗੁਰੂ ਮਹਾਰਾਜ ਜੀ ਨੇ, ਅਪਾਓ ਤਾਂ ਇਹੀ ਹੈ ਕੋਈ ਮਹਾਂਪੁਰਸ਼ ਦਾ ਬਲੀਦਾਨ ਹੋਵੇ ਤਾਂ ਇਸ ਦਾ ਇਹਨਾਂ ਦੇ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਜੀ
ਤੁਹਾਡੇ ਤੋਂ ਬਗੈਰ ਕਹਿਣ ਲੱਗੇ ਵੀ ਤੁਹਾਡੇ ਤੋਂ ਬਗੈਰ ਮਹਾਂਪੁਰਸ਼ ਵੱਡਾ ਹੋਰ ਕੋਈ ਵੀ ਹੋ ਨਹੀਂ ਸਕਦਾ ਇਸ ਟਾਈਮ 'ਤੇ, ਤੁਸੀਂ ਉਹ ਬਲੀਦਾਨ ਦਿਓ। ਗੁਰੂ ਮਹਾਰਾਜ ਜੀ ਸਮਝ ਗਏ ਵੀ ਠੀਕ ਹੈ, ਇਹ ਤਾਂ ਹੋਣੀ ਹੈ, ਜੋ ਗੱਲ ਹੋਣੀ ਹੈ। ਤਾਂ ਉਹ ਕਿਹੜਾ ਜਾਣਦੇ ਤੇ ਵੀ ਇਹ ਬਾਲਕ ਹੈ, ਬਾਲਕ ਨਹੀਂ ਤੇ ਉਹ ਵੀ ਜਾਣਦੇ ਤੇ ਵੀ ਇਹ ਹੈ, ਜੋ ਵੀ ਕੁਛ ਹੈ ਸਾਨੂੰ ਪਤਾ ਹੈ। ਤਾਂ ਉਹਨਾਂ ਨੇ ਕਸ਼ਮੀਰੀ ਪੰਡਿਤਾਂ ਨੂੰ ਭਰੋਸਾ ਦੇ ਕੇ ਕਿਹਾ ਵੀ ਤੁਸੀਂ ਜਾਓ ਉਹਨੂੰ ਕਹੋ ਬਾਦਸ਼ਾਹ ਨੂੰ ਵੀ ਸਾਡੇ ਗੁਰੂ ਨੂੰ ਤੋਂ ਮੁਸਲਮਾਨ ਬਣਾ ਲਿਆ, ਅਸੀਂ ਆਪੇ ਮੁਸਲਮਾਨ ਬਣ ਜਾਵਾਂਗੇ। ਤਾਂ ਫਿਰ ਉਹ ਤਾਂ ਆਪਣਾ ਚਲੇ ਗਏ, ਆਪਣਾ ਉਹਨਾਂ ਦਾ ਤਾਂ ਇਸ ਚੀਜ਼ ਦੇ ਉੱਤੇ ਕੁਛ ਰਾਹਤ ਮਿਲੀ। ਗੁਰੂ ਤੇਗ ਬਹਾਦਰ ਜੀ ਆਪ ਕੁਰਬਾਨੀ ਦੇਣ ਵਾਸਤੇ ਦਿੱਲੀ ਨੂੰ ਚਾਲੇ ਪਾਤੇ, ਨਾਲ ਜਿਨ੍ਹਾਂ ਦੇ ਨਾਲ ਪੰਜ ਸਿੱਖ ਵੀ ਤੇ ਉਹਨਾਂ ਦੇ, ਭਾਈ ਦਇਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਹੈਂਜੀ, ਭਾਈ ਜੈਤਾ ਜੀ, ਇਹ ਸਾਰੇ ਗੁਰੂ ਸਾਹਿਬ ਦੇ ਨਾਲ ਗਏ। ਤਾਂ ਉੱਥੇ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਂਕ 'ਚ ਉੱਥੇ ਜਾ ਕੇ ਵਾਰਤਾਲਾਪ ਤਾਂ ਹੋਏ ਵੀ ਉਹਨਾਂ ਨਾਲ ਬਹੁਤ, ਪਰ ਫਿਰ ਉਹਨਾਂ ਦਾ ਬਲੀਦਾਨ ਉੱਥੇ ਹੋ ਗਿਆ। ਬਲੀਦਾਨ ਉਹਨਾਂ ਨੇ ਆਪਣਾ ਸੀਸ ਆਪਦਾ ਦੇਤਾ, ਸੀਸ ਦੀ ਆਪਣ ਸਰੀਰ ਨਾ ਉਚਰੀ। ਗੁਰੂ ਗੋਬਿੰਦ ਸਿੰਘ ਨੇ ਆਪਣੇ ਬਚਿੱਤਰ ਨਾਟਕ 'ਚ ਲਿਖਿਆ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਹਨੂੰ ਖੁਆਨ, ਹੈ ਜੀ, ਸੀਸ ਦੀ ਆਪਣ ਸਰੀਰ ਨਹੀਂ ਉਚਰੀ। ਉਹਨਾਂ ਨੇ ਸਿਰ ਵੀ ਦੇਤਾ ਪਰ ਆਪਣਾ ਸਿਰ ਨਹੀਂ ਛੱਡਿਆ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ। ਉੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਪਣੀ ਸ਼ੁਰੂ ਕੀਤੀ, ਜਿਵੇਂ ਪਹਾੜੀ ਰਾਜਿਆਂ ਨਾਲ ਟੱਕਰ ਹੋਈ, ਪਹਾੜੀ ਰਾਜੇ ਲੱਗਣ ਲੱਗੇ, ਹਾਲਾਂਕਿ ਉਹ ਹਿੰਦੂ ਰਾਜੇ ਅਤੇ ਹਿੰਦੂ ਧਰਮ ਵਾਸਤੇ ਸਾਰਾ ਕੁਛ ਜੋ ਕੁਛ ਹੋ ਰਿਹਾ ਸੀ, ਪਰ ਉਹ ਹਿੰਦੂ ਰਾਜੇ ਇੰਨੇ ਅਕਿਰਤ ਘਣ ਅਤੇ ਗੁਰੂ ਸਾਹਿਬ ਨੂੰ ਉਲਟੇ ਸਮਾਂ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕਰਤਾ। ਉਹਨਾਂ ਨਾਲ ਲੜਾਈਆਂ ਵੀ ਹੋਈਆਂ ਫਿਰ ਉਹਨਾਂ ਦੀਆਂ, ਗੁਰੂ ਸਾਹਿਬ ਦੀਆਂ। ਗੁਰੂ ਸਾਹਿਬਾਂ ਨੇ ਕਈ ਲੜਾਈਆਂ ਲੜੀਆਂ ਉਹਨਾਂ ਨਾਲ ਉੱਥੇ, ਔਰ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਜੀਵਨ 'ਚ 14 ਜੰਗ ਲੜੇ ਨੇ। ਸਭ ਤੋਂ ਬੜੀ ਚਮਕੌਰ ਦੀ ਜੰਗ ਸੀ, ਉਦੋਂ ਲਾਸਟ ਸੀਗੀ ਮੁਕਤਸਰ, ਉਹ ਮੁਕਤਸਰ ਦੀ ਲੜਾਈ ਲਾਸਟ ਸੀ। ਫਿਰ ਉੱਥੋਂ ਗੁਰੂ ਮਹਾਰਾਜ ਜੀ ਦਾ ਸਾਰਾ ਜਿਹੜਾ ਜੀਵਨੀ ਹੈ ਉਹ ਇੱਥੇ ਤੱਕ ਜਾ ਕੇ ਪਹੁੰਚਦੀ ਹੈ, ਦਮਦਮੇ ਸਾਹਿਬ। ਦਮਦਮੇ ਸਾਹਿਬ ਤੋਂ ਫਿਰ ਉੱਥੋਂ ਗੁਰੂ ਮਹਾਰਾਜ ਜੀ ਫਿਰ ਜਾਂਦੇ ਨੇ ਨਦੇੜ ਨੂੰ। ਨਦੇੜ 'ਤੇ ਜਾ ਕੇ ਫਿਰ ਉੱਥੇ ਬਾਬੇ ਬੰਦੇ ਬਹਾਦਰ ਨਾਲ ਮੁਲਾਕਾਤ ਹੁੰਦੀ ਹੈ। ਗੱਲ ਤਾਂ ਲੰਬੀ ਚੌੜੀ ਹੈ ਬਹੁਤ, ਪਰ ਕਹਿ ਨਹੀਂ ਸਕਦੇ, ਇੰਨਾ ਲੰਬਾ ਸਮਾਂ ਆਪਣੇ ਕੋਲ ਹੈ ਨਹੀਂ, ਹੈ ਜੀ। ਹਾਂ, ਫਿਰ ਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰੀ ਹੈ ਕੇਸਗੜ੍ਹ ਸਾਹਿਬ, ਉੱਥੇ ਪੰਜ ਪਿਆਰੇ ਸਾਜ ਕੇ ਗੁਰੂ ਨੇ ਆਪਣਾ ਸਾਰਾ ਕੁਛ ਸਰਵੰਸ ਵੀ ਦਾਨ ਕਰ ਦਿੱਤਾ ਸਿੱਖ ਪੰਥ ਨੂੰ। ਇਹ ਉਹਨਾਂ ਦੀ ਦੇਣ ਹੈ ਜਿਹੜੀ ਅੱਜ ਜਬ ਤੱਕ ਰਹੇ ਖਾਲਸਾ ਨਿਆਰਾ, ਗੁਰੂ ਮਹਾਰਾਜ ਜੀ ਨੇ ਬਚਨ ਕਰਿਆ, ਤਬ ਤੱਕ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਤਬ ਨਾ ਕਰੂੰ ਮੈਂ ਇਨਕੀ ਪ੍ਰਤੀਤ। ਵੀ ਇਹ ਜਬ ਤੱਕ ਆਪਣੀਆਂ ਰੀਤੀਆਂ ਦੇ ਵਿੱਚ ਪੂਰੇ ਰਹਿਣਗੇ ਉਹਨਾਂ ਤੱਕ ਮੈਂ ਇਹਨਾਂ ਦਾ ਪੂਰਾ ਇਹਨਾਂ ਦੇ ਅੰਗ ਸੰਗ ਹਾਂ, ਗੁਰੂ ਸਾਹਿਬ ਕਹਿੰਦੇ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨੀ 'ਤੇ ਤਾਂ ਬੜੇ ਬੜੇ, ਇੱਕ ਲਾਲਾ ਦੌਲਤ ਰਾਏ ਨੇ ਆਪਣੀ ਕਿਤਾਬ ਲਿਖੀ ਹੈ, ਜੇ ਤੁਸੀਂ ਪੜ੍ਹੋ ਤਾਂ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ। ਕਿਉਂ, ਉਹ ਇੱਕ ਹਿੰਦੂ ਹੈ, ਇੱਕ ਆਰੀਆ ਸਮਾਜੀ। ਜੇ ਤਾਂ ਕਿਸੇ ਸਿੱਖ ਨੇ ਇਹ ਕਿਤਾਬ ਲਿਖੀ ਹੁੰਦੀ ਤਾਂ ਕਹਿਣਗੇ ਪੱਖਪਾਤ ਕੀਤਾ ਜੀ। ਪੱਖਪਾਤ ਕੋਈ ਨਹੀਂ ਕੀਤਾ, ਉਹਨੇ ਸੱਚਾਈ ਬਿਆਨ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ। ਉਹਨਾਂ ਨੇ ਕਈ ਵਾਰ ਭੁਲੇਖੇ ਪਾਉਂਦੇ ਨੇ ਵੀ ਗੁਰੂ ਸਾਹਿਬ ਜੀ ਦੇਵੀ ਦੇ ਉਪਾਸ਼ਕ ਥੇ। ਨਹੀਂ ਜੀ, ਦੇਵੀ ਦੇ ਉਪਾਸ਼ਕ ਬਿਲਕੁਲ ਨਹੀਂ ਥੇ। ਭਾਵੇਂ ਚੰਡੀ ਦੀ ਵਾਰ ਜੋ ਉਹਨਾਂ ਨੇ ਕਿਤਾ ਹੋਰ ਵੀ ਲਿਖੇ ਨੇ, ਉਹ ਪ੍ਰਸੰਗ ਉਹ ਤਾਂ ਉਹਨਾਂ ਨੂੰ ਇੱਕ ਆਪਣੇ ਜੰਗ ਯੋਧਿਆਂ ਨੂੰ ਆਪਣੇ ਵੀਰ ਰਸ ਭਰਨ ਵਾਸਤੇ ਕਵਿਤਾ ਕੀਤੀ ਸੀ। ਦੇਵੀ ਪ੍ਰਗਟ ਦਾ ਉਹਨੇ ਆਪਣੇ ਲਾਲਾ ਦੌਲਤ ਨੇ ਇਹਨੂੰ ਖੰਡਨ ਕੀਤਾ, ਕਹਿੰਦਾ ਗੁਰੂ ਮਹਾਰਾਜ ਨੇ ਦੇਵੀ ਦੀ ਉਪਾਸ਼ਨਾ ਬਿਲਕੁਲ ਕੀਤੀ ਨਹੀਂ। ਉੱਥੋਂ ਜਦੋਂ ਕਰਦੇ ਤੇ ਹਮਨ ਕੁੰਡ ਦੇ ਵਾਸਤੇ ਕਹਿੰਦੇ ਕਰ ਲਓ ਜੀ ਪ੍ਰਗਟ, ਉਹਨਾਂ ਨੂੰ ਵੀ ਜਾ ਕੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਦੇਵੀ ਪ੍ਰਗਟ ਨਹੀਂ। ਕਹਿੰਦੇ ਜੇ ਬਲੀਦਾਨ ਮੰਗਦੀ ਹੈ ਕਿਸੇ ਦਾ, ਉਹ ਪੰਡਿਤ ਦੇ ਜਿਹੜੇ ਵਿਦਵਾਨ ਆਏ ਕਹਿੰਦੇ ਜੀ ਫਿਰ ਤੁਹਾਡੇ ਨਾਲ ਤਾਂ ਪਵਿੱਤਰ ਆਤਮਾ ਨਹੀਂ ਹੈ ਕੋਈ। ਉਹ ਮਹਾਰਾਜ ਘਬਰਾ ਗਏ, ਕਹਿੰਦੇ ਸੀ ਇਸ਼ਨਾਨ ਕਰੇ ਜੀ, ਉਹ ਉੱਥੋਂ ਪਾਰ ਹੋ ਗਏ। ਗੁਰੂ ਮਹਾਰਾਜ ਜੀ ਨੇ ਉਹ ਸਵੰਕਰੀ ਸਾਰੀ ਉਹ ਹਮਨ ਕੁੰਡ 'ਚ ਮਾਰੀ, ਉੱਥੋਂ ਲਾਟ ਨਿਕਲੀ ਅੱਗ ਦੀ, ਲੋਕ ਕਹਾਂਗੇ ਦੇਵੀ ਪ੍ਰਗਟ ਹੋ ਗਈ। ਦੇਵੀ ਪ੍ਰਗਟ ਗੁਰੂ ਸਾਹਿਬ ਉੱਥੇ ਕੋੜੇ ਖੜ੍ਹੇ ਹੈ ਆਪਣੇ, ਉੱਥੋਂ ਆਏ ਜਦ ਸਿੱਖਾਂ ਨੇ ਹੋਰਾਂ ਨੇ ਬੰਦਿਆਂ ਵਜੇ ਦੇਵੀ ਪ੍ਰਗਟ ਹੋ ਗਈ, ਕਹਿੰਦੇ ਹੋ ਗਈ ਹੋ ਗਈ ਗੁਰੂ ਸਾਹਿਬ ਨੇ ਹੋ, ਕਹਿੰਦੇ ਸਾਨੂੰ ਦਰਸ਼ਨ ਕਰਾਓ। ਗੁਰੂ ਸਾਹਿਬ ਨੇ ਸ਼੍ਰੀ ਸਾਹਿਬ ਆਪਣੇ ਮਿਆਨ 'ਚੋਂ ਕੱਢ ਕੇ ਇਹ ਬਚਨ ਫਰਮਾਇਆ, ਯਹੀ ਚੰਡ ਕਾ ਦੰਡ ਕਾ ਦੁਸ਼ਟ ਦਮਨੀ, ਹਰੇ ਦੁਸ਼ਟ ਦੋਖੀ ਯਹੀ ਜਵਾਲ ਜਮਨੀ, ਰਹੇ ਮਿਆਨ ਮੱਧੰਗ ਸਮੇਂ ਦੁਸ਼ਟ ਕਹਾਵੈ, ਇਹੀ ਆਦਿ ਸ਼ਕਤੀ ਭਵਾਨੀ ਕਹਾਵੈ। ਹੈਂਜੀ, ਕਾਲ ਤੂੰ ਹੀ ਕਾਲੀ, ਤੂੰ ਹੀ ਤੂੰ ਹੀ ਤੇਗ ਔਰ ਤੀਰ, ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜੱਗ ਵੀਰ। ਗੁਰੂ ਮਹਾਰਾਜ ਨੇ ਆਪਣੀ ਸ੍ਰੀ ਸਾਹਿਬ ਨੂੰ ਦੇਵੀ ਦਾ ਰੂਪ ਦਿੱਤਾ। ਲੋਕ ਅਜੇ ਭੁਲੇਖਾ ਪਾਉਂਦੇ ਨੇ, ਜਿਹੜਾ ਪਹਿਲੀ ਪੌੜੀ ਚੰਡੀ ਦੀ ਵਾਰ ਦੇ ਵਿੱਚ ਆਉਂਦੀ ਹੈ, ਪ੍ਰਥਮ ਭਗਵਤੀ ਸਿਮਰਕ ਹੈ,
ਇਹ ਪਿੱਥਮ ਭਗਵਤੀ ਸਿਮਰ ਕੇ ਆਪਣੀ ਸ੍ਰੀ ਸਾਹਿਬ ਨੂੰ ਭਗਵਤੀ ਕਿਹਾ। ਲੋਕ ਕਹਿੰਦੇ ਦੇਵੀ ਦੇਵੀ ਦੀ ਦਾਰਦਾ ਕਿ ਨਹੀਂ, ਗੋ ਚੰਡੀ ਦੀ ਵਾਰ 'ਚ ਸਪਸ਼ਟ ਕਰਤੀ, ਇੱਕ ਪੌੜੀ 'ਚ ਖੀਰ 'ਤੇ ਜਾ ਕੇ ਆਉਂਦੀ ਹੈ, ਰਾਜਾ ਸੰਭ ਦੇ ਨਾਲ ਜਦ ਦੇਵੀ ਦਾ ਜੰਗ ਹੋ ਰਿਹਾ। ਲਈ ਭਗਵਤੀ ਦੁਰਬਿਸ਼ਾ ਬਰ ਜਾਗਣ ਭਾਰੀ, ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ। ਸੁੰਭ ਪਲਾਣੋਂ ਡਿੱਗਿਆ ਉਪਮਾ ਵਿਚਾਰੀ, ਡੁੱਬ ਰਿਤੂ ਨਾਲੋਂ ਨਿਕਲੀ ਬਰਛੀ ਦੋ ਧਾਰੀ, ਜਨ ਰਜਾਏ ਉੱਤਰੀ ਪਹਿਣ ਸੂਹੀ ਸਾਰੀ। ਗੁਰੂ ਸਾਹਿਬ ਨੇ ਤਾਂ ਇਹ ਆਪਣੇ ਚੰਡੀ ਦੀ ਵਾਰ 'ਚ ਸਪਸ਼ਟ ਹੋ ਗਿਆ ਵੀ ਭਗਵਤੀ ਤਾਂ ਸ੍ਰੀ ਗੁਰੂ ਸਾਹਿਬ ਦੀ ਉਹਨਾਂ ਦੀ ਤਲਵਾਰ ਹੈ। ਕਾਲ ਤੂੰ ਹੀ ਕਾਲੀ ਤੂੰ ਹੀ, ਤੂੰ ਹੀ ਤੇਗ ਔਰ ਤੀਰ, ਤੂੰ ਹੀ ਨਿਸ਼ਾਨੀ ਜੀਤ ਕੀ, ਆਜ ਤੂੰ ਹੀ ਜਗ ਵੀਰ। ਗੁਰੂ ਮਹਾਰਾਜ ਦੇ ਆਪਣੇ ਸ਼ਸਤਰਾਂ ਨੂੰ, ਆਪਣੇ ਦੇਵੀ ਆਪਣੀ ਸ੍ਰੀ ਸਾਹਿਬ ਨੂੰ ਭਗਵਤੀ ਦਾ ਰੂਪ ਜਿਹੜਾ ਦਿੱਤਾ ਨਾ, ਇਹ ਭਗਵਤੀ ਇਹ ਆਪਣੀ ਸ੍ਰੀ ਸਾਹਿਬ ਜੀ ਹੈ। ਇੰਨਾ ਹੀ ਮੈਂ ਇਸ 'ਤੇ ਤੱਕ ਜੋ ਕੁਛ ਵੀ ਬੋਲਿਆ ਤਾਂ ਬਹੁਤ ਬਹੁਤ ਘੱਟ ਹੈ, ਇੰਨਾ ਤਾਂ ਕੁਛ ਕਿਹਾ ਨਹੀਂ ਜਾ ਸਕਦਾ। ਹੋਰ ਮੈਂ ਸੰਗਤ ਤੋਂ ਮਾਫ਼ੀ ਮੰਗਦਾ, ਐਡੇ ਬੜੇ ਵਿਦਵਾਨ ਵੀ ਨਹੀਂ ਮੈਂ। ਫਤਿਹ ਇੱਥੇ ਹੀ ਫਤਿਹ ਬੁਲਾਈਏ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਅਤੇ ਵਾਹਿਗੁਰੂ ਜੀ ਕੀ ਫਤਿਹ ਹੈ। ਥੈਂਕ ਯੂ ਜੀ ਸਾਰਿਆਂ ਦਾ। ਸ਼ੇਅਰ ਕਰਿਓ ਵੀਡੀਓ ਨੂੰ, ਸਬਸਕ੍ਰਾਈਬ ਕਰਿਓ, ਧੰਨਵਾਦ, ਬਹੁਤ ਬਹੁਤ ਲਾਈਕ ਕਰਿਓ। ਥੈਂਕ ਯੂ, ਬਹੁਤ ਬਹੁਤ ਧੰਨਵਾਦ।